ਮੇਰਾ ਨਾਮ ਵੀਰ ਜੀ ਗੁਰਪਿੰਦਰ ਸਿੰਘ ਹਾਂਜੀ ਭਾਅ ਜੀ ਕੀ ਲੱਗਦੇ ਤੁਹਾਡੇ ਦੇ ਮੇਰਾ ਵੀਰ ਜੀ ਬ੍ਰਦਰ ਸੀਗੇ ਕਜ਼ਨ ਸੀ ਮੇਰਾ ਕਜ਼ਨ ਬ੍ਰਦਰ ਸੀ ਕੀ ਨਾਮ ਇਹਨਾਂ ਦਾ ਜੀ ਲਖਵਿੰਦਰ ਸਿੰਘ ਲੱਖਾ ਬਾਬਾ ਕਹਿੰਦੇ ਸੀ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਪਿੰਡ ਕੰਮੋਕੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਕੀ ਗੱਲ ਜੀ ਗੱਲ ਵੀਰ ਜੀ ਇਹ ਮੁਕੱਦਮੇ ਦੇ ਵਿੱਚ ਇਹ ਵੀ ਲੱਖਾ ਵੀ ਅੰਦਰ ਸੀ ਠੀਕ ਹੈ ਜੀ ਉੱਥੇ ਕਿਤੇ ਜਿਹੜੇ ਨਾਲ ਇਹਦੇ ਨਾਲ ਇੱਕੇ ਬੈਠਕ ਦੇ ਵਿੱਚ ਜਿਹੜੇ ਕੈਦੀ ਸੀ ਉਹਨਾਂ ਦੇ ਨਾਲ ਕੁਝ ਮਾਮੂਲੀ ਤਕਰਾਰ ਤੋਂ ਕੁਝ ਝਗੜਾ ਹੋਇਆ ਵਾ ਜਿਹਦੇ ਕਾਰਨ ਬਾਅਦ 'ਚ ਉਹਨਾਂ ਨੇ ਇਹਦੇ 'ਤੇ ਹਮਲਾ ਕੀਤਾ ਆ ਇਹਦੇ ਹਮਲਾ ਕਰਨ ਦੇ ਜ਼ਿਆਦੀਆਂ ਸੱਟਾਂ ਲੱਗਣ ਦੀ ਵਜ੍ਹਾ ਦੇ ਨਾਲ ਇਹਦੀ ਡੈਥ ਹੋ ਗਈ ਹੈ ਅਤੇ ਬਾਕੀ ਮੇਨ ਗੱਲ ਵੀਰ ਜੀ ਇਹ ਹੈਗੀ ਆ ਵੀ ਇਹਦੇ ਲਈ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈਗਾ ਆ ਠੀਕ ਹੈ ਜੀ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੈਗਾ ਆ ਕਿਉਂਕਿ ਉਹਨਾਂ ਕੋਲ ਜਿਹੜੇ ਹਥਿਆਰ ਸੀ ਉਹ ਜੇਲ੍ਹ ਦੇ ਵਿੱਚ ਆਏ ਕਿੱਥੋਂ ਜਿਹਦੇ ਨਾਲ ਉਹਨਾਂ ਨੇ ਇਹਦੇ ਇੰਨੀਆਂ ਸੱਟਾਂ ਲਾ ਦਿੱਤੀਆਂ ਬਾਕੀ ਸਾਡੀ ਇੱਕ ਮੰਗ ਆ ਵੀ ਜਿਹੜਾ ਇਹ ਕਾਨੂੰਨੀ ਕਾਰਵਾਈ ਜਿਹੜੀ ਆ ਪ੍ਰੋਪਰ ਤੌਰ 'ਤੇ ਕੀਤੀ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਵੇ ਅਤੇ ਬਾਕੀ ਜਿਹੜਾ ਜੇਲ੍ਹ ਵਿਭਾਗ ਹੈਗਾ ਉਹਦੇ 'ਤੇ ਵੀ ਕਾਰਵਾਈ ਹੋਵੇ ਅਤੇ ਇਹਨਾਂ ਕੋਲ ਇੰਨੇ ਵੈਪਨ ਅੰਦਰ ਆਏ ਕਿੱਥੋਂ ਜਿਹਦੇ ਨਾਲ ਉਹਦਾ ਕਤਲ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਜੇਲ੍ਹ ਪ੍ਰਸ਼ਾਸਨ ਫਿਰ ਢਿੱਲਾ ਹੈ ਇਸ ਕੰਮ 'ਚ ਵੀਰ ਜੀ ਇਹਦੇ ਵਿੱਚ ਜੇਲ੍ਹ ਪ੍ਰਸ਼ਾਸਨ ਬਰਾਬਰ ਦਾ ਹੀ ਜ਼ਿੰਮੇਵਾਰ ਆ ਜਿੰਨਾ ਕਤਲ ਕਰਨ ਵਾਲੇ ਆ ਉਹਨਾਂ ਨਾਲ ਜੇਲ੍ਹ ਪ੍ਰਸ਼ਾਸਨ ਹੀ ਆ ਕਿਉਂਕਿ ਉਹ ਜਦੋਂ ਉੱਥੇ ਲੜਾਈ ਹੋਣ ਡਈ ਸੀ ਉਦੋਂ ਕਿਸੇ ਨੇ ਨਾ ਤਾਂ ਉੱਥੇ ਰੋਕਿਆ ਨਾ ਕੋਈ ਕਰਮਚਾਰੀ ਪੁਲਿਸ ਦਾ ਗਿਆ ਉੱਥੇ ਨਾ ਕੋਈ ਜੇਲ੍ਹ ਵਿਭਾਗ ਦਾ ਗਿਆ ਜਿਹੜਾ ਵੀ ਉਹਨਾਂ ਨੂੰ ਰੋਕ ਸਕੇ ਫਿਰ ਜਿਹਦੇ ਕਾਰਨ ਉਹਦੀ ਡੈਥ ਜ਼ਿਆਦਾ ਹੋਈ ਹੈ ਹੁਣ ਕੀ ਤੁਸੀਂ ਮੰਗ ਕਰਦੇ ਹੁਣ ਵੀਰ ਜੀ ਸਾਡੀ ਮੰਗ ਤਾਂ ਫਿਲਹਾਲ ਇਹੀ ਆ ਵੀ ਜਿਹੜੇ ਦੋਸ਼ੀ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਉਸ 'ਤੇ ਜਿਹੜੀ ਇਨਕੁਆਇਰੀ ਬਿਠਾਈ ਜਾਵੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਸਾਰਾ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਹੋਇਆ ਜੇ ਜੇਲ੍ਹ ਪ੍ਰਸ਼ਾਸਨ ਥੋੜ੍ਹਾ ਉੱਥੇ ਆਪਣਾ ਵੀ ਰੱਖਦਾ ਰੁਤਬਾ ਫਿਰ ਇਹਨਾਂ ਨਾਲ ਇਹ ਚਾਂਸ ਨਹੀਂ ਸੀ ਹੋ ਸਕਦਾ ਨਹੀਂ ਪ੍ਰਸ਼ਾਸਨ ਤੁਹਾਡੀ ਕਾਰਵਾਈ ਕਰੇਗਾ ਫਿਰ ਅਗਲੀ ਕਾਰਵਾਈ ਪ੍ਰਸ਼ਾਸਨ ਵੀਰ ਜੀ ਇੱਕ ਤਾਂ ਇਹ ਆ ਵੀ ਜਿਹੜੇ ਦੋਸ਼ੀ ਹੈਗੇ ਆ ਉਹਨਾਂ 'ਤੇ ਬਕਾਇਦਾ ਮੁਕੱਦਮਾ ਜਿਹੜਾ ਵਾ ਦਰਜ ਹੋਵੇ ਉਹਨਾਂ ਨੂੰ ਪੂਰੀ ਸਜ਼ਾ ਮਿਲੇ ਇਸ ਚੀਜ਼ ਦੀ ਹਾਂਜੀ ਆਂਟੀ ਕੀ ਨਾਮ ਤੁਹਾਡਾ ਹਾਂਜੀ ਮੈਡਮ ਕੀ ਨਾਮ ਤੁਹਾਡਾ ਹਾਂਜੀ ਕੀ ਗੱਲ ਹੋਈ ਜੇਲ੍ਹ 'ਚ ਬੰਦ ਸੀਗੇ ਉੱਥੇ ਉਹਨਾਂ ਨੇ ਮਾਰਤਾ ਕਿੰਨੀ ਦੇਰ ਤੋਂ ਬੰਦ ਸੀ ਅਤੇ ਕਿਹੜੇ ਕੇਸ 'ਚ ਗਏ ਸੀ ਅੰਦਰ ਕਤਲ ਦੇ ਕੇਸ 'ਚ ਅੰਦਰ ਸੀਗੇ 302 ਡੇਢ ਸਾਲ ਹੋ ਗਿਆ ਅੰਦਰ ਸੀਗੇ ਜੀ ਨਹੀਂ ਕਿੱਦਾਂ ਪਤਾ ਲੱਗਾ ਤੁਹਾਨੂੰ ਉਹਨਾਂ ਦੀ ਮੌਤ ਹੋ ਗਈ ਸਾਨੂੰ ਫੋਨ ਗਿਆ ਜੇਲ੍ਹ ਪ੍ਰਸ਼ਾਸਨ ਨੇ ਕਿਸ ਵੇਲੇ ਗਿਆ ਜੀ ਰਾਤੀ ਗਿਆ ਜਾਂ ਇੱਕ ਵਜੇ ਦੁਪਹਿਰ ਕੱਲ੍ਹ ਦੁਪਹਿਰੀ ਗਿਆ ਹਾਂਜੀ ਅੱਛਾ ਕੀ ਕਹਿੰਦੇ ਹੋ ਕਹਿੰਦੇ ਤੁਹਾਡੇ ਬੰਦੇ ਦੇ ਸੱਟਾਂ ਲੱਗ ਗਈਆਂ ਆ ਅੱਛਾ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਿੱਦਾਂ ਸੱਟਾਂ ਲੱਗ ਗਈਆਂ ਕੋਈ ਖਾਸ ਦੇ ਅੰਦਰ ਚਾਹੁੰਦਾ ਨਹੀਂ ਕਹਿੰਦੇ ਝਗੜਾ ਹੋ ਗਿਆ ਅੰਦਰ ਝਗੜਾ ਹੋ ਗਿਆ ਕਹਿੰਦੇ ਅੰਦਰ ਅੱਛਾ ਕਿੰਨਾ ਦੇ ਨਾਲ ਉੱਥੇ ਬੰਦੇ ਆ ਕੁਛ ਕਹਿੰਦੇ ਅਤੇ ਕੀ ਨਾਮ ਤੁਹਾਡੇ ਘਰ ਵਾਲੇ ਦਾ ਸੀ ਲਖਵਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੁਣ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਕਿ ਪ੍ਰਸ਼ਾਸਨ 'ਤੇ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਦੀ ਸਹਿ ਨਾਲ ਹੀ ਸਾਰਾ ਕੁਛ ਹੋਇਆ ਆ ਅਤੇ ਪ੍ਰਸ਼ਾਸਨ ਤੋਂ ਬਗੈਰ ਤਾਂ ਕੁਛ ਹੋ ਨਹੀਂ ਸਕਦਾ ਜੇ ਅੰਦਰ ਹੀ ਨਹੀਂ ਸੇਫ ਬੰਦਾ ਤਾਂ ਫਿਰ ਕਿੱਥੇ ਸੇਫ ਹੋਊਗਾ ਆਪਣਾ ਕਿੰਨੇ ਬੱਚੇ ਉਹਨਾਂ ਦੇ ਦੋ ਬੱਚੇ ਅਤੇ ਨਹੀਂ ਤੁਹਾਡੀ ਸੁਣਾਈ ਹੋਏਗੀ ਫਿਰ ਅਗਲੀ ਕਾਰਵਾਈ ਕੀ ਕਰੋਗੇ